ਓਏ ਫੱਤੂ, ਸਾਰਾ ਦਿਨ ਕਿੱਕਰ ਦੀ ਛਾਵੇਂ ਸੁੱਤਾ ਰਹੀ ਨਾ, ਕੁਛ ਕੰਮ ਕਾਰ ਕਰ ਲਿਆ ਕਰ। ਫੌਜੀ ਸਾਹਿਬ, ਜੇ ਮੈਂ ਕੰਮ ਕਰਿਆ ਕਰਾਂ ਫੇਰ ਕੀ ਹੋਊ? ਫੇਰ ਕੀ ਹੋਊ? ਹਾਂ, ਉਹ ਚਾਰ ਪੈਸੇ ਕਮਾ ਲਵੇਗਾ। ਫੇਰ ਕੀ ਹੋਊ? ਜੇ ਪੈਸੇ ਆ ਗਏ ਤਾਂ ਕੁਛ ਜ਼ਮੀਨ ਖਰੀਦ ਲਵੀ, 15-20 ਕਿੱਲੇ ਜ਼ਮੀਨ ਖਰੀਦ ਲਵੀ। ਜੇ ਜ਼ਮੀਨ ਖਰੀਦ ਲਈ ਫੇਰ ਕੀ ਹੋਊ? ਉਹ ਤੇਰਾ ਨਾਂ ਹੋ ਜਾਊਗਾ, ਫੱਤੂ ਤੋਂ ਫਤਿਹ ਸਿੰਘ ਬਣ ਜਾਏਗਾ। ਫੇਰ ਕੀ ਹੋਊ? ਫੇਰ ਕੀ ਹੋਊ? ਉਹ ਵੱਡਾ ਆਦਮੀ ਬਣ ਜਾਏਗਾ। ਪੈਸੇ ਬਾਹਲੇ ਆ ਗਏ ਤਾਂ ਕਾਰ ਖਰੀਦ ਲਵੀ। ਕਾਰ ਵੀ ਖਰੀਦ ਲਈ ਫੇਰ ਕੀ ਹੋਊ? ਹੋਰ ਪੈਸੇ ਆ ਗਏ ਤਾਂ ਚੰਡੀਗੜ੍ਹ ਕੋਠੀ ਖਰੀਦ ਲਵੀ। ਚੰਡੀਗੜ੍ਹ ਕੋਠੀ ਪਾ ਲਈ ਫੇਰ ਕੀ ਹੋਊ? ਯਾਰ, ਤੇਰੀਆਂ ਫੈਕਟਰੀਆਂ ਵਿੱਚੀਆਂ ਬਣ ਜਾਣਗੀਆਂ, ਵੱਡਾ ਆਦਮੀ ਬਣ ਜਾਏਗਾ, ਫਿਰ ਵਿਆਹ ਕਰਵਾ ਲਵੀ, ਸੋਹਣੀ ਬੋਟੀ ਮਿਲ ਜਾਊ। ਵਿਆਹ ਵੀ ਹੋ ਗਿਆ, ਸੋਹਣੀ ਬੋਟੀ ਵੀ ਮਿਲ ਜੂਗੀ, ਫਿਰ ਕੀ ਹੋਊ? ਯਾਰ, ਜਦੋਂ ਸਭ ਕੁਛ ਤੇਰੇ ਕੋਲ ਆ ਗਿਆ ਫਿਰ ਐਸ਼ ਦੀ ਨੀਂਦ ਸੌਂ ਕਰੀ। ਐਸ਼ ਦੀ ਨੀਂਦ ਸੌਂ ਕਰੀ? ਆ ਕਿੱਕਰ ਥੱਲੇ ਵੀ ਤਾਂ ਐਸ਼ ਦੀ ਨੀਂਦ ਹੀ ਸੌਂਦਾ ਮੈਂ। ਥੋੜਾ ਸੋਚਿਆ ਕਰੋ, ਐਵੇਂ 15 ਮਿੰਟ ਖਰਾਬ ਕਰਤੇ ਰਹਿ ਗਏ ਨਾ ਉਹ ਫੌਜੀ ਦੇ ਫੌਜੀ। ਯਾਰ, ਗੱਲ ਤਾਂ ਤੇਰੀ ਠੀਕ ਹੈ, ਇੰਨਾ ਕੁਛ ਕਰਕੇ ਵੀ ਆਰਾਮ ਕਰਨਾ ਹੈ ਤਾਂ ਪਹਿਲਾਂ ਕਿਉਂ ਨੀ ਫਿਰ ਮੈਂ ਵੀ ਆਰਾਮ ਕਰਦਾ।